ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਝੋਨਾ ਲੈ ਕੇ ਚੱਲੇ ਹਾਂ ਮੰਡੀ, ਜਿਹੜਾ ਆਪਾਂ ਕੱਲ੍ਹ ਵੱਢਿਆ ਸੀਗਾ, ਔਰ ਦੇਖਦੇ ਹਾਂ ਮੰਡੀ ਜਾ ਕੇ ਕਿੰਨਾ ਕੁ ਰਸ਼ ਹੈ। ਤੋਲ ਲੱਗਦਾ, ਸਾਫ਼ ਸਫਾਈਆ ਹੁੰਦਾ ਜਾਂ ਫਿਰ ਰਾਤਾਂ ਕੱਟਣੀਆਂ ਪੈਂਦੀਆਂ ਨੇ, ਇਹ ਤਾਂ ਮੰਡੀ ਜਾ ਕੇ ਪਤਾ ਲੱਗੇਗਾ। ਚਲੋ ਫਿਰ ਚੱਲਦੇ ਹਾਂ। ਦੇਖੋ ਜੀ, ਉਹ ਆਪਣੀ ਟਰਾਲੀ ਜਾ ਰਹੀ ਹੈ ਝੋਨੇ ਵਾਲੀ ਅੱਗੇ ਅੱਗੇ, ਔਰ ਮੈਂ ਪਿੱਛੇ ਪਿੱਛੇ ਬਾਈਕ 'ਤੇ। ਆਹ ਦੇਖੋ ਜੀ ਛੈਲਰ, ਰਸਤੇ ਵਿੱਚ ਸਾਨੂੰ ਇੱਕ ਛੈਲਰ ਵੀ ਪੈਂਦਾ। ਔਰ ਇਹ ਦੇਖੋ ਕਿੰਨਾ ਵਧੀਆ ਨਜ਼ਾਰਾ। ਬਸ ਆਪਾਂ 2-4 ਮਿੰਟ ਤੱਕ ਮੰਡੀ ਪਹੁੰਚ ਜਾਣਾ। ਆਪਾਂ ਪਹੁੰਚ ਗਏ ਕਿਸ਼ਮਪੁਰਾ ਮੰਡੀ, ਅਤੇ ਇਹ ਹੈਗਾ ਜੀ ਆਪਣਾ ਫੜ, ਜਿੱਥੇ ਆਪਾਂ ਨੇ ਝੋਨਾ ਲਿਆਉਣਾ। ਤਕਰੀਬਨ ਫੜ ਅੱਧਾ ਕੁ ਤਾਂ ਖਾਲੀ ਹੈ, ਮੈਂ ਤਾਂ ਕਿਹਾ ਕਿਤੇ ਰਾਤਾਂ ਨਾ ਕੱਢਣੀਆਂ ਪੈ ਜਾਣ। ਲੱਗਦਾ ਵੀ ਅੱਜ ਸ਼ਾਮ ਤੱਕ ਤੋਲ ਲੱਗ ਜੂ। ਇਹ ਆਪਣੇ ਪੱਲੇਦਾਰ ਵੀਰ ਜਿਹੜੇ ਕੰਮ ਕਰ ਰਹੇ ਆ, ਉਹ ਸਾਹਮਣੇ ਪੱਖੇ ਲੱਗੇ ਹੋਏ ਆ ਅਤੇ ਝੋਨੇ ਨੂੰ ਸਾਫ਼ ਸਫਾਈ ਹੋ ਰਹੀ ਹੈ। ਇਹ ਆ ਜੀ ਆਪਣੀ ਝੋਨੇ ਵਾਲੀ ਟਰਾਲੀ, ਜਿਹਦੇ 'ਚ ਆਪਾਂ ਝੋਨਾ ਲੈ ਕੇ ਆਏ ਸੀ, ਅਤੇ ਇਹ ਹੁਣ ਖਾਲੀ ਹੋ ਚੁੱਕੀ ਹੈ। ਸ਼ਾਮ ਦੇ 5 ਵੱਜ ਚੁੱਕੇ ਆ, ਅਤੇ ਹੁਣ ਜਿਹੜਾ ਕਿ ਮੇਰੇ ਵਾਲੀ ਡੇਰੀ ਆ ਉਹਦਾ ਤੋਲ ਹੋ ਰਿਹਾ, ਉਹਨੂੰ ਕੰਡਾ ਲੱਗ ਗਿਆ। ਦੁਪਹਿਰ ਸਮੇਂ ਇਹਨੂੰ ਪੱਖਾ ਲਾ ਕੇ ਡੇਰੀ ਨੂੰ ਸਾਫ਼ ਕਰ ਲਿਆ ਗਿਆ ਸੀਗਾ, ਹੁਣ ਉਹਦਾ ਤੋਲ ਲੱਗ ਰਿਹਾ। ਵੇਖਦੇ ਹਾਂ ਉਸ ਤੋਂ ਬਾਅਦ ਕਿੰਨੇ ਗੱਟੂ ਹੁੰਦਾ ਝੋਨਾ, ਫਿਰ ਦੱਸਦੇ ਹਾਂ ਤੁਹਾਨੂੰ। ਕੱਲ੍ਹ ਸ਼ਾਮ ਮੰਡੀ ਵਿੱਚ ਥੋੜ੍ਹਾ ਲੇਟ ਹੋ ਗਏ ਸੀ, ਹਨੇਰਾ ਹੋ ਗਿਆ ਸੀ, ਇਸ ਕਰਕੇ ਮੈਂ ਤੁਹਾਨੂੰ ਝੋਨੇ ਦੇ ਝਾੜ ਬਾਰੇ ਨਹੀਂ ਦੱਸ ਸਕਿਆ। ਮੇਰੇ ਝੋਨੇ ਦਾ ਝਾੜ ਜਿਹੜਾ ਉਹ 28.5 ਕੁਇੰਟਲ ਹੋਇਆ, ਯਾਨੀ ਕਿ 76 ਗੱਟੂ ਨਿਕਲੇ ਆ, ਔਰ ਮੈਂ ਇਸ ਨੂੰ ਬਹੁਤ ਵਧੀਆ ਝਾੜ ਮੰਨਦਾ, ਕਿਉਂਕਿ ਮੈਂ ਆਪਣਾ ਝੋਨਾ ਬਹੁਤ ਹੀ ਯਾਨੀ ਘੱਟ ਖਰਚ 'ਤੇ ਪਾਲਿਆ, ਕਿਉਂਕਿ ਮੈਂ ਕਦੀ ਇਸ ਵਿੱਚ ਦਾਣੇਦਾਰ ਜ਼ਹਿਰਾਂ ਜਿੱਦਾਂ ਆਪਣੇ ਰੀਜੈਂਟ ਪਦਾਨ ਪਿਛਲੇ 2-3 ਸਾਲਾਂ ਤੋਂ ਕਦੀ ਨਹੀਂ ਵਰਤੀਆਂ, ਨਾ ਹੀ ਕਦੀ ਕਲੋਰੋ ਦਾ ਇਸਤੇਮਾਲ ਕੀਤਾ, ਔਰ ਨਾ ਹੀ ਮੈਂ ਕਦੀ ਪੱਤਾ ਲਪੇੜ ਦੀ ਵੀ ਇਹਦੇ 'ਤੇ ਸਪਰੇਅ ਕੀਤੀ। ਇਸ ਕਰਕੇ ਮੈਂ ਇਹਨੂੰ ਵਧੀਆ ਝਾੜ ਮੰਨਦਾ, ਕਿਉਂਕਿ ਸਾਡੇ ਏਰੀਏ ਵਿੱਚ ਵੱਧ ਤੋਂ ਵੱਧ ਖਰਚ ਕਰਨ 'ਤੇ ਵੀ ਸਿਰਫ 30-31 ਕੁਇੰਟਲ ਹੀ ਝਾੜ ਨਿਕਲਦਾ, ਇਸ ਤੋਂ ਵੱਧ ਕਦੀ ਨਹੀਂ ਝਾੜ ਨਿਕਲਿਆ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸਨੂੰ ਲਾਈਕ ਕਮੈਂਟ ਸ਼ੇਅਰ ਕਰੋ, ਔਰ ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਨਾਲ ਹੀ ਘੰਟੀ ਵਾਲੇ ਬਟਨ ਦਬਾ ਲਓ ਤਾਂ ਜੋ ਆਉਣ ਵਾਲੀਆਂ ਲੇਟੈਸਟ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਧੰਨਵਾਦ।